ਦਿਹਾੜੀ ਸਵੇਰ ਦੀ ਲੰਘੀ। ਅੱਜ 3 ਦਿਨ ਹੋ ਗਿਆ ਸੋਈ ਨੂੰ। ਹਾਂਜੀ ਉਹ ਅੱਛਾ ਭਾਜੀ ਤਾਂ ਹੁਣ ਪਾਈ ਇਹ ਕਿੰਨਾ ਕਰਦੀ ਪਈ, ਜਿਹੜਾ ਪੱਕਾ ਕਰਦੀ ਪਈ ਮੌਕੇ ਤੇ ਜਿਹੜਾ ਆਪਾਂ ਛੋਈਏ। ਹੈਂ ਮਾੜਾ ਜਿਹਾ ਟੋਰੀ ਚੱਲ ਬਾਜ ਆ ਵੱਛੀ ਜਾਂਦੀ ਬਾਬਾ ਕਿੱਥੇ ਬਾਬਾ ਨੂੰ ਮੱਕੀ ਵੱਡੀ ਪਈ ਆ ਕ੍ਰਾਸ ਹੈਗਾ ਚੋਲਸਤਾਨ ਚ ਫ੍ਰੀਜ਼ਨ ਤੇ ਚੋਲਸਤਾਨੀ ਆ ਵਾ ਪਾਈ ਖੜੀ ਏ ਪਾਲ ਪਾਈ ਖੜੀ। ਹਾਂਜੀ ਪਾਲੀ ਲੈਵੇਂ ਤੇ ਸੂਈ ਹੈ ਨਾ ਤਾਜ਼ੀ ਤੇ ਦੁੱਧ ਤੂੰ ਚੋਂਦਾ ਹੁੰਦਾ ਇਹਦੇ ਤੋਂ। ਹਾਂਜੀ ਮੰਮੀ ਚੋਂ ਇਹਨਾਂ ਵੱਡਾ ਭਾਈ ਵੀ ਚੋਂਦਾ ਤੇ ਇਹਨੇ ਕਿੰਨਾ ਦੁੱਧ ਚੋਣਾ ਅੰਦਾਜ਼ੇ ਨਾਲ ਸਹੀ ਗੱਲ ਕਰੀ ਅੰਦਾਜ਼ੇ ਨਾਲ ਜੀ ਇਹਦੇ ਥਲੇ ਸਾਰਾ ਹੈਗਾ ਵਾਜਿਆ ਇਹ ਪਾਇਦਾ ਹੀ ਆ ਹਜੇ ਪਾਇਆ ਪੂਆ ਤਾਂ ਕੁਛ ਪਾਇਆ ਕੁਛ ਵੀ ਨਹੀਂ ਨਾ ਭਾਵੇਂ ਤੂੰ ਕੁਛ ਵੀ ਨਹੀਂ ਪਾਇਆ ਤੂੰ ਜਿਹੜਾ ਚੋਣ ਹੈ ਨਾ ਉਹ ਦੱਸ ਵੀ ਇੰਨਾ ਮੈਂ ਦੇ ਚੁੱਕ 20 ਕਿਲੋ ਤਾਂ ਹੋ ਜਾਂਦਾ ਜੀ 20 ਕਿਲੋ ਟਾਈਮਾਂ ਦਾ ਹਜੇ ਯਾਨੀ ਕਿ ਲੇਵ ਤੋਂ ਵੱਛੀ ਨੂੰ ਚਗਾ ਕੇ ਲੈਵਾਂ ਵੱਛਾ ਜਿਹੜਾ ਹੈ ਨਾ ਵੱਛੀ ਚਗਾ ਕੇ ਫਿਰ 20 ਕਿਲੋ ਹੋ ਜਾਂਦਾ ਵੱਛੀ ਨੂੰ ਚੰਗਾ ਚੰਗਾ ਦੇ ਜੇ ਯਾਰ ਚੰਗਾ ਰਜਾਨਾ ਵੱਛੀ ਨੂੰ ਰਜਾ ਕੇ ਅੱਛਾ ਵੱਛੀ ਨੂੰ ਰਜਾ ਕੇ 20 ਕਿਲੋ ਕਰ ਦਿੱਤੀ ਤੇ ਜੇ ਅਗਰ ਇਹਨੂੰ ਹਜੇ ਸਾਂਭ ਦੂੰਗਾ ਲੱਗਦਾ ਇਹਨੂੰ ਖਲਕੁਲ ਪਾਈ ਨਾ ਤੇ ਇਹ 30 32 ਹਾਂ ਫਿਰ ਇੰਨਾ ਕਰਨਾ ਚਾਹੀਦਾ 30 32 ਲੀਟਰ ਗਾਂ ਇਹ ਬਾਬਾ ਜੀ ਕ੍ਰਾਸ ਗਾਂ ਆ ਵੱਛੀ ਜਾਂਦੀ ਇਹਨੂੰ 3 ਲੱਖ ਲੱਗ ਗਿਆ ਜੀ ਕਿਹੜੇ ਨੇ ਲਾਇਆ ਪਤਾ ਨਹੀਂ ਜੀ ਆਇਆ ਗਾ ਸਾਡੇ ਕੋਲ ਕੋਈ ਉਹਨੂੰ ਪਤਾ ਹੋ ਯਾਨੀ ਕਿ ਤੂੰ ਕਹਿ ਰਿਹਾ ਕਿ 20 ਲੀਟਰ ਦੁੱਧ ਦਿੰਦੇ ਹੇਠ ਹਾਜ਼ਰ ਮੌਕੇ ਇਸ ਵੱਛੀ ਨੂੰ ਛੱਡ ਕੇ ਤੇ ਅਜੇ ਸੂਈ ਨੂੰ ਹੋਏ ਨੇ 4 ਤੋਂ 5 ਦਿਨ ਤਿੰਨ ਦਿਨ ਹੋਏ ਨੇ ਠੀਕ ਹੋ ਗਿਆ ਅਗਰ 20 ਹੁਣ ਕਰਦੀ ਪਈ ਤੇ ਫਿਰ ਤਾਂ ਗਾਂ ਨੂੰ 30 32 ਲੀਟਰ ਦੁੱਧ ਕਰਨਾ ਚਾਹੀਦਾ ਭਾਜੀ ਮੂੰਹ ਤੇ ਨਹੀਂ ਪੈਂਦਾ ਇੰਨਾ ਇਹ ਚੋਂਦੇ ਕਿੰਨੇ ਵਜੇ ਜੀ ਚੋਂਦੇ ਕਿੰਨੇ ਵਜੇ ਜੀ ਉਹ ਪੁੱਛਦਾ ਅੰਤ ਕੋ ਗੰਡ ਗੁੰਡ ਪੂਰੀ ਨਾ